ਸਤਿ ਸ਼੍ਰੀ ਅਕਾਲ ਵੌਇਸ ਤੋਂ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਿਸਟਰੀ ਆਫ ਟੂਡੇ ਦੇ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ। 5 ਜੁਲਾਈ ਦੇ ਦਿਨ ਜੁੜਿਆ ਹੋਇਆ ਖਰੀਦਦਾਰੀ ਦੇ ਨਾਲ, ਉਹ ਖਰੀਦਦਾਰੀ ਜਿਸ ਨੂੰ ਕਰਨ ਦੇ ਲਈ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਔਨਲਾਈਨ ਸ਼ਾਪਿੰਗ ਦੀ, ਅਤੇ ਅੱਜ ਦੇ ਦਿਨ ਦਾ ਸੰਬੰਧ ਹੈ ਇੱਕ ਸਭ ਤੋਂ ਵੱਡੀ ਈ ਕਮਰਸ ਕੰਪਨੀ ਐਮਾਜ਼ੋਨ ਦੇ ਨਾਲ। amazon.com ਦੀ ਸਥਾਪਨਾ ਅੱਜ ਦੇ ਦਿਨ ਜੇਫ ਬੇਜੋਸ ਨੇ 5 ਜੁਲਾਈ 1994 ਨੂੰ ਕੀਤੀ ਸੀ। ਜੇਫ ਬੇਜੋਸ ਨੇ ਇਸ ਨੂੰ ਔਨਲਾਈਨ ਬੁੱਕ ਸਟੋਰ ਦੇ ਰੂਪ ਦੇ ਵਿੱਚ ਸ਼ੁਰੂ ਕੀਤਾ ਸੀ, ਪਰ ਬਾਅਦ ਵਿੱਚ ਇਸ ਉੱਤੇ ਵੀਡੀਓ ਡਾਊਨਲੋਡ ਅਤੇ ਸਟ੍ਰੀਮਿੰਗ, MP3 ਡਾਊਨਲੋਡ ਅਤੇ ਸਟ੍ਰੀਮਿੰਗ, ਆਡੀਓ ਬੁੱਕ ਡਾਊਨਲੋਡ ਅਤੇ ਸਟ੍ਰੀਮਿੰਗ, ਸੌਫਟਵੇਅਰ, ਵੀਡੀਓ ਗੇਮਸ, ਇਲੈਕਟ੍ਰੋਨਿਕਸ, ਕੱਪੜੇ ਅਤੇ ਫਰਨੀਚਰ ਵੇਚਣੇ ਸ਼ੁਰੂ ਕਰ ਦਿੱਤੇ। 18 ਅਕਤੂਬਰ 2011 ਨੂੰ ਐਮਾਜ਼ੋਨ ਨੇ ਕਈ ਮਸ਼ਹੂਰ ਕਾਮਿਆਂ ਦੇ ਵਿਸ਼ੇਸ਼ ਡਿਜੀਟਲ ਅਧਿਕਾਰਾਂ ਦੇ ਲਈ ਭਾਈਵਾਲੀ ਦੀ ਘੋਸ਼ਣਾ ਕੀਤੀ, ਜਿਸ ਦੇ ਵਿੱਚ ਸੁਪਰਮੈਨ, ਬੈਟਮੈਨ, ਗ੍ਰੀਨ ਲੈਂਟਰਨ, ਦੀ ਸੈਂਡਮੈਨ ਅਤੇ ਵਾਚਮੈਨ ਸ਼ਾਮਿਲ ਨੇ। ਨਵੰਬਰ 2013 ਵਿੱਚ ਐਮਾਜ਼ੋਨ ਨੇ ਐਤਵਾਰ ਨੂੰ ਆਰਡਰ ਦੇਣ ਦੇ ਲਈ ਸੰਯੁਕਤ ਰਾਜ ਡਾਕ ਸੇਵਾ ਦੇ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ। 2015 ਦੇ ਵਿੱਚ ਐਮਾਜ਼ੋਨ ਨੇ ਮਾਰਕੀਟ ਪੂੰਜੀਕਰਨ ਦੁਆਰਾ ਵਾਲਮਾਰਟ ਨੂੰ ਸੰਯੁਕਤ ਰਾਜ ਦੇ ਵਿੱਚ ਸਭ ਤੋਂ ਕੀਮਤੀ ਰਿਟੇਲਰ ਵਜੋਂ ਪਛਾੜ ਦਿੱਤਾ ਸੀ। 2017 ਵਿੱਚ ਐਮਾਜ਼ੋਨ ਨੇ $13.4 ਬਿਲੀਅਨ ਦੇ ਵਿੱਚ ਹੋਲ ਫੂਡਸ ਮਾਰਕੀਟ ਐਕੁਆਇਰ ਕੀਤੀ ਅਤੇ ਇਸ ਪ੍ਰਾਪਤੀ ਨੂੰ ਵਾਲਮਾਰਟ ਦੇ ਰਵਾਇਤੀ ਪ੍ਰਚੂਨ ਸਟੋਰਾਂ ਨੂੰ ਚੁਣੌਤੀ ਦੇਣ ਦੇ ਲਈ ਸਿੱਧੀ ਕੋਸ਼ਿਸ਼ ਵਜੋਂ ਵੇਖਿਆ ਗਿਆ ਸੀ। ਐਮਾਜ਼ੋਨ ਇੱਕ ਅਜਿਹੀ ਵੈਬਸਾਈਟ ਹੈ ਜਿਸ 'ਤੇ A ਤੋਂ Z ਤੱਕ ਹਰ ਚੀਜ਼ ਮਿਲਦੀ ਹੈ, ਅਰਥਾਤ ਅਸੀਂ ਕੁਝ ਵੀ ਐਮਾਜ਼ੋਨ 'ਤੇ ਖਰੀਦ ਸਕਦੇ ਹਾਂ। ਐਮਾਜ਼ੋਨ ਨੇ ਐਮਾਜ਼ੋਨ ਪ੍ਰਾਈਮ ਵੀਡੀਓ ਸਰਵਿਸ ਵੀ ਜਿਹੜੀ ਹੈ ਸ਼ੁਰੂ ਕੀਤੀ, ਜਿਸ ਦੇ ਵਿੱਚ ਅਸੀਂ ਔਨਲਾਈਨ ਮੂਵੀਜ਼, ਵੈਬ ਸੀਰੀਜ਼ ਅਤੇ ਹੋਰ ਸ਼ੋਅ ਵੀ ਦੇਖ ਸਕਦੇ ਹਾਂ। ਔਨਲਾਈਨ ਸ਼ਾਪਿੰਗ ਦੇ ਨਾਲ ਅਜੋਕੇ ਮਨੁੱਖ ਦੀ ਜ਼ਿੰਦਗੀ ਬਦਲ ਦਿੱਤੀ ਹੈ। ਆਧੁਨਿਕ ਮਹਾਨਗਰਾਂ ਅਤੇ ਵਿਕਸਿਤ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਇਸ ਦੀ ਜ਼ਿਆਦਾ ਵਰਤੋਂ ਕਰਦੇ ਨੇ। ਹੁਣ ਤਾਂ ਵਿਕਾਸਸ਼ੀਲ ਇਲਾਕਿਆਂ ਦੇ ਵਿੱਚ ਹੀ ਇਹ ਪ੍ਰਚਲਿਤ ਹੋ ਰਿਹਾ ਹੈ ਅਤੇ ਅੱਜ ਕੱਲ੍ਹ ਦੀ ਪੀੜ੍ਹੀ ਔਨਲਾਈਨ ਕੁਛ ਨਾ ਕੁਛ ਵੇਖਦੀ ਰਹਿੰਦੀ ਹੈ। ਔਨਲਾਈਨ ਸ਼ਾਪਿੰਗ ਸਾਈਟਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਰਿਵਾਇਤੀ ਦੁਕਾਨਦਾਰੀ 'ਤੇ ਪਿਆ। ਰਿਵਾਇਤੀ ਗਾਹਕ ਦੁਕਾਨਾਂ ਤੋਂ ਟੁੱਟ ਕੇ ਔਨਲਾਈਨ ਸ਼ਾਪਿੰਗ ਦੇ ਨਾਲ ਜੁੜ ਰਹੇ ਨੇ, ਅਤੇ ਜਿਸ ਨਾਲ ਰਵਾਇਤੀ ਬਾਜ਼ਾਰਾਂ 'ਤੇ ਜ਼ਿਆਦਾ ਅਸਰ ਪੈ ਰਿਹਾ ਅਤੇ ਇਸ ਨਾਲ ਉਹਨਾਂ ਦੀ ਵਿਕਰੀ ਵੀ ਘੱਟ ਰਹੀ ਹੈ। ਕਈ ਥਾਵਾਂ 'ਤੇ ਦੁਕਾਨਦਾਰਾਂ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ ਸੀ। ਕਹਿੰਦੇ ਨੇ ਹਰ ਚੀਜ਼ ਦੇ ਫਾਇਦੇ ਅਤੇ ਨੁਕਸਾਨ ਜ਼ਰੂਰ ਹੁੰਦੇ ਨੇ। ਔਨਲਾਈਨ ਸ਼ਾਪਿੰਗ ਸਾਈਟ ਦੇ ਨਾਲ ਜਿੱਥੇ ਇਹ ਸੈਕਟਰਾਂ ਦੇ ਵਿੱਚ ਨੌਕਰੀ ਦੇ ਮੌਕੇ ਵਧੇ ਨੇ, ਪਰ ਰਵਾਇਤੀ ਖੇਤਰ ਦੇ ਵਿੱਚ ਨੌਕਰੀਆਂ ਮੌਕੇ ਵੀ ਜਿਹੜੇ ਘੱਟ ਗਏ ਨੇ। ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਔਨਲਾਈਨ ਸ਼ਾਪਿੰਗ ਦਾ ਜਿਹੜਾ ਰੁਝਾਨ ਜ਼ਿਆਦਾ ਵਧਿਆ। ਭਵਿੱਖ ਵਿੱਚ ਆਉਣ ਵਾਲਾ ਸਮਾਂ ਔਨਲਾਈਨ ਸ਼ਾਪਿੰਗ ਸਾਈਟਸ ਦਾ ਹੋਣ ਜਾ ਰਿਹਾ, ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦੀ ਔਨਲਾਈਨ ਸੁਵਿਧਾ ਲੈ ਕੇ ਆਉਂਦਾ ਹੈ। ਇਹ ਸੀ ਅੱਜ ਦਾ ਹਿਸਟਰੀ ਆਫ ਟੂਡੇ, ਅਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੇ ਦਿਨ ਦਾ ਇਤਿਹਾਸ ਲੈ ਕੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵੌਇਸ ਆਫ ਪੰਜਾਬ ਟੀਵੀ।